ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਬਿਲਕੁਲ ਮੁਕੰਮਲ ਕਰਫਿਊ ਲਾਗੂ ਹੋ ਗਿਆ ਕੋਈ ਵੀ ਕਸਟਮਰ ਜਿਹੜਾ ਰੋਡ 'ਤੇ ਨਹੀਂ ਦਿਸਣਾ ਚਾਹੀਦਾ ਡੀਮਾਰਟ ਵਗੈਰਾ ਵੀ ਸਾਰੇ ਜੋ ਮੈਨੇਜਰ ਕਰਮਚਾਰੀ ਆ ਇਹਨਾਂ ਨੂੰ ਹਦਾਇਤ ਕੀਤੀ ਗਈ ਵੀ ਆਪਣਾ ਮੌਲ ਬੰਦ ਕਰਕੇ ਆਪਣੇ ਵਾਪਸ ਘਰਾਂ ਨੂੰ ਜਾਓ ਕੋਈ ਵੀ ਆਦਮੀ ਰੋਡ 'ਤੇ ਨਹੀਂ ਦਿਸਣਾ ਚਾਹੀਦਾ ਅਗਲੇ ਹੁਕਮ ਦਾ ਜਿਹੜਾ ਕਰਫਿਊ ਮੁਕੰਮਲ ਲਾਗੂ ਹੋ ਗਿਆ ਜਿਹੜਾ ਵੀ ਇਸਦੀ ਉਲੰਘਣਾ ਕਰੂਗਾ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਜ਼ਰੂਰਤ ਦਾ ਸਮਾਨ ਜ਼ਿਆਦਾ ਵਿਕਦਾ ਪਿਆ ਸੀ ਡੀਮਾਰਟ ਉਹ ਵੀ ਪੁਲਿਸ ਵੱਲੋਂ ਬੰਦ ਕਰ ਦਿੱਤਾ ਗਿਆ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਥਾਣਾ 6 ਦੇ ਪ੍ਰਭਾਰੀ ਉਹਨਾਂ ਨਾਲ ਗੱਲਬਾਤ ਕਰ ਰਿਹਾ ਸਰ ਕੀ ਹੁਕਮ ਜਾਰੀ ਹੋਇਆ ਹੁਕਮ ਇਹ ਆ ਵੀ ਬਿਲਕੁਲ ਜਿਹੜਾ ਕਰਫਿਊ ਮੁਕੰਮਲ ਤੌਰ 'ਤੇ ਲਾਗੂ ਹੋ ਗਿਆ ਜੋ ਕੋਈ ਵੀ ਆਦਮੀ ਰੋਡ 'ਤੇ ਨਹੀਂ ਹੋਗਾ ਕੋਈ ਦੁਕਾਨ ਵਗੈਰਾ ਨਹੀਂ ਖੁੱਲ੍ਹੀ ਹੋਏਗੀ ਜੋ ਉਸ ਹੁਕਮ ਦੀ ਪਾਲਣਾ ਕੀਤੀ ਜਾ ਰਹੀ ਹੈ ਤੁਸੀਂ ਡੀਮਾਰਟ ਬੰਦ ਕਰਵਾਇਆ ਕਿਆ ਇਹ ਹੁਕਮ ਦੀ ਪਾਲਣਾ ਨਹੀਂ ਕਰ ਰਹੇ ਸੀ ਨਹੀਂ ਬਿਲਕੁਲ ਕਰ ਰਹੇ ਆ ਜਿਹੜੇ ਕਸਟਮਰ ਪਹਿਲਾਂ ਸੀ ਉਹਨਾਂ ਨੂੰ ਅਸੀਂ ਹਦਾਇਤ ਕੀਤੀ ਹੈ ਵੀ ਆਸ ਘਰੋਂ ਜਾਓ ਵੀ ਕਰਫਿਊ ਜਿਹੜਾ ਬਿਲਕੁਲ ਮੁਕੰਮਲ ਲਾਗੂ ਹੋ ਗਿਆ ਕੁਝ ਬੰਦੇ ਡੀਮਾਰਟ ਦੇ ਅੰਦਰ ਹੀ ਉਹਨਾਂ ਨੂੰ ਅਸੀਂ ਬਾਹਰ ਕੱਢ ਰਹੇ ਹਾਂ ਅਤੇ ਜਿਹੜਾ ਬੰਦਾ ਕਾਨੂੰਨ ਦਾ ਉਲੰਘਣ ਕਰਦਾ ਜਿਹੜਾ ਪਾਲਣ ਜਿਹੜਾ ਕਾਨੂੰਨ ਦਾ ਉਲੰਘਣ ਕਰੇਗਾ ਉਹ 'ਤੇ ਕੀ ਐਕਸ਼ਨ ਕੀਤਾ ਜਾਏਗਾ ਬਿਲਕੁਲ ਜੋ ਕਾਨੂੰਨ ਮੁਤਾਬਕ ਹੋਏਗੀ ਜੇ ਨਹੀਂ ਕੋਈ ਬੰਦਾ ਬਾਜ਼-ਬਾਜ਼ ਉਸ ਚੀਜ਼ ਤੋਂ ਨਹੀਂ ਹਟਦਾ ਉਹਦੇ ਮੁਤਾਬਕ ਬੰਦੀ ਕਾਰਵਾਈ ਕੀਤੀ ਜਾਏਗੀ ਹੁਣ ਆਲਰੇਡੀ ਜਿਹੜੇ ਕਸਟਮਰ ਪਹਿਲਾਂ ਘਰਾਂ ਤੋਂ ਆਏ ਆ ਉਹਨਾਂ ਨੂੰ ਹਦਾਇਤ ਕਰਕੇ ਵਾਪਸ ਭੇਜ ਰਹੇ ਹਾਂ ਕੋਈ ਜਨਤਾ ਨੂੰ ਤੁਸੀਂ ਅਪੀਲ ਕਰਨਾ ਚਾਹੋਗੇ ਬਿਲਕੁਲ ਜੀ ਅਪੀਲ ਸਾਡੀ ਇਹੋ ਹੀ ਆ ਵੀ ਆਪਾਂ ਸਾਰੇ ਜੋ ਕਰੋਨਾ ਵਾਇਰਸ ਹੈ ਆਪਾਂ ਰਲ ਮਿਲ ਕੇ ਇਸ 'ਤੇ ਕੰਟਰੋਲ ਕਰੀਏ ਇਹ ਸਾਡੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਹਿਯੋਗ ਦੇ ਨਾਲ ਹੀ ਹੋ ਸਕਦਾ ਅਸੀਂ ਲੋਕਾਂ ਨੂੰ ਇਹੋ ਕਹਿ ਰਹੇ ਹਾਂ ਵੀ ਸਾਨੂੰ ਸਹਿਯੋਗ ਦਿਓ ਆਪਣੇ ਘਰਾਂ ਵਿੱਚ ਰਹਿਣ ਵਿੱਚ ਹੀ ਇਹ ਸਾਡੀ ਬਿਹਤਰੀ ਆ ਕੋਈ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਲੱਗ ਨਹੀਂ ਰਿਹਾ ਨਹੀਂ ਸਹਿਯੋਗ ਮਿਲ ਰਿਹਾ ਲੋਕਾਂ ਦੇ ਮਨ 'ਚ ਕੋਈ ਡਰ ਆ ਵੀ ਅਸੀਂ ਘਰ ਸਮਾਨ ਲੈ ਜੀ ਉਹਨਾਂ ਨੂੰ ਦੱਸਦਾ ਬਿਲਕੁਲ ਜਿਹੜੀਆਂ ਕੋਈ ਜ਼ਰੂਰੀ ਵਸਤਾਂ ਕਿ ਜੋ ਪ੍ਰਸ਼ਾਸਨ ਦੇ ਮੁਤਾਬਕ ਤੁਹਾਨੂੰ ਮੌਕੇ 'ਤੇ ਮੁਹੱਈਆ ਕੀਤੀ ਜਾਊਗੀ ਅਸੀਂ ਥਾਣਾ 6 ਦੇ ਪ੍ਰਭਾਰੀ ਜਿਨ੍ਹਾਂ ਦਾ ਕਹਿਣਾ ਹੈਗਾ ਡੀਮਾਰਟ ਦੇ ਅੰਦਰ ਜਿਹੜੇ ਕਸਟਮਰ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈਗਾ ਬਾਹਰ ਕੱਢਣ ਤੋਂ ਬਾਅਦ ਜਿਹੜਾ ਡੀਮਾਰਟ ਹੈਗਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਜਿਹੜੇ ਡੀਮਾਰਟ ਦੇ ਅੰਦਰ ਕਸਟਮਰ ਸੀ ਉਹ ਬਾਹਰ ਆ ਰਹੇ ਆ ਉਹ ਪੁਲਿਸ ਦੇ ਜਿਹੜੇ ਮੁਲਾਜ਼ਮ ਹੈਗੇ ਇੱਥੇ ਖੜ੍ਹੇ ਕਰ ਦਿੱਤੇ ਗਏ ਆ ਤਾਂ ਜੋ ਹੋਰ ਕਸਟਮਰ ਜਿਹੜੇ ਬਾਹਰੋਂ ਆ ਰਹੇ ਉਹਨਾਂ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ ਜਿਹੜੇ ਕਸਟਮਰ ਅੰਦਰ ਜ਼ਰੂਰ ਹੈ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ ਕੈਮਰਾਮੈਨ ਪਵਨ ਦੇ ਨਾਲ ਵਿਨੇ ਸ਼ਰਮਾ ਦੈਨਿਕ ਸਵੇਰਾ ਟੀਵੀ ਜਲੰਧਰ ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ 'ਚ ਅਨਬਨ ਵਿਦੇਸ਼ 'ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84374 94 648 84374 94 648